मैं मौलाना तुसेर रहमान देवबंदी गांडू थानू अज जिहाद दे बारे दसांगा। अजकल एक नवा ही जिहाद तुरिया ज़ैद हमीद का जिहाद। ये गांडू कहिंदा कि जरा लाल दरबार का मौलवी आ जरा हाजी आ उत्थे जिहड़े हाजी दी भैणां कुड़ियां मत्थे टेकण आउंदियां ने उत्थे उन्हां दी गांड मारन च ही जिहाद आ। उन्हां दी गांड मरी कर दो पड़वाउण च जिहाद आ। उन्हां कुड़ियां दे मम्मियां उत्ते ਤੇਰੇ ਕਸਾਉਣ ਸੀ ਜਿਹਾਲ ਆ। ਇਹ ਭੈਣ ਦੇ ਲੋੜੇ ਨੇ ਆਪਣਾ ਅਲੱਗ ਜਿਹਾ ਬਣਾਇਆ ਹੋਇਆ। ਇਹ ਮਾਂ ਦਾ ਲੋੜਾ ਇਹੋ ਜਿਹਾ ਮਾਂ ਚ ਗੱਲਾ ਆ। ਮੇਰੀ ਭੂਆ ਦੀ ਕੁੜੀ ਸੀ ਮੂਰ ਬਨੋ ਲਾਉਣ ਲਈ ਜਿਹੜੀ ਵੀ ਭੈਣ ਚੋਦੀ ਪਹਿਲਾਂ ਕਿਸੇ ਕੁੱਤੇ ਨੂੰ ਬੜਵਾਉਂਦੀ ਸੀ ਉਹ ਕਸ਼ਮੀਰ ਚ ਚਲੀ ਗਈ। ਉਹਨੇ ਨਵਾਂ ਜਿਹਾ ਤੋਰ ਲਿਆ ਉੱਥੇ ਆਣੀ ਆਰਮੀ ਦੀ ਮੱਠ ਮਾਰਨਾ ਵੀ ਕਹਿੰਦਾ ਜਿਹਾਦ ਆ। ਕਹਿੰਦਾ ਫੌਜੀ ਤਾਂ ਹੱਜ ਤਾਂ ਕਹਿੰਦਾ ਅਮੀਰ ਲੋਕ ਜਾਂਦੇ ਨੇ ਗਾਂਡੂਆਂ ਦਾ ਤਾਂ ਇੱਥੇ ਜਿਹਾਦ ਹੈ। ਇੱਥੇ ਗੁੱਤਿਆਂ ਰੱਥੀਆਂ ਪੜਵਾਈ ਜਾਏਗੀਆਂ ਕਦੇ ਭੈਣਾਂ ਦੀਆਂ ਕਦੇ ਮਾਮਾ ਦੀਆਂ ਕੁੱਬੀਆਂ 'ਚ ਕਹਿੰਦਾ ਉਂਗਲਾ ਦੇਈ ਜਾਏਗੀਆਂ। ਸਾਡਾ ਇਹੀ ਜਿਹਾਦ ਆ ਇਹਦਾ ਨਵਾਂ ਹੀ ਜਿਹਾਦ ਆ ਭੈਣ ਦੇ ਲੋੜੇ ਦਾ। ਬਸ ਗਾਂਡੂ ਦੇ ਜਿਹਾਦ ਦੇ ਪਿੱਛੇ ਲੱਗਣ ਵਾਲੇ ਵੀ ਮਹਾਨ ਗਾਂਡੂ ਪਾਕਿਸਤਾਨੀ ਕੌਮ ਦੇ ਮਹਾਨ ਗਾਂਡੂ ਨੇ ਜਿਹੜੇ ਮਾਂ ਚਲਾਉਂਦੇ ਆ। ਘਰੇ ਬੈਠ ਕੇ ਮੱਥਾ ਮਾਰਦੇ ਆ, ਮਾਝਿਆਂ 'ਚ ਬੈਠ ਕੇ ਨਮਾਜ਼ ਪੜ੍ਹਦੇ ਆ, ਘਰੇ ਆ ਕੇ ਭੈਣਾਂ 'ਚ ਉੱਦੇ ਆ, ਮਾਝਿਆਂ 'ਚ ਬੈਠ ਕੇ ਹੋਰੀ ਕੁਛ ਕਦੇ ਟੱਟਿਆਂ ਦੀ ਖੁਰਕ ਕਰਦੇ ਆ, ਕਦੇ ਟੱਟਿਆਂ ਦੇ ਲੰਨਾਂ ਦੀ ਸ਼ੇਪ ਕਰਦੇ ਆ। ਇਹ ਨਵਾਂ ਹੀ ਇਹਨੇ ਨਵੀਂ ਦਸ਼ਾ ਸ਼ੁਰੂ ਕੀਤਾ ਹੋਇਆ। ਨਵੀਂ ਦੇ ਅਨੁਸਾਰ ਤਾਂ ਦਾੜੀ ਦੇ ਵਿੱਚ ਹੀ ਹਮੇਸ਼ਾ ਫੱਦੀ ਜਿਹੜੀ ਮਾਰਨੀ ਚਾਹੀਦੀ ਹੈ ਉਹ ਦਾੜੀ ਵਾਲੀ ਫੱਦੀ ਮਾਰਨੀ ਚਾਹੀਦੀ ਹੈ। ਇੰਡੀਆ 'ਚ ਜਿੰਨੇ ਜਾਣੇ ਵੀ ਮੁੱਠ ਮਾਰਨ ਦੇ ਸ਼ੌਕੀਨ ਨੇ ਸਾਰੇ ਜਾ ਕੇ ਇਹ ਭੈਣ ਦੀ ਫੱਦੀ ਮਾਰਦੇ ਨੇ ਅਤੇ ਉੱਥੇ ਉਹ ਜਹਾਜ਼ ਦਾ ਨਵਾਂ ਹੀ ਪਾਠ ਪੜ੍ਹਦੇ ਆ। ਪਤਾ ਨਹੀਂ ਕਿਹੜਾ ਪਾਠ ਆ। ਹਾਲੇ ਕਹਿੰਦਾ ਕਸ਼ਮੀਰ ਮੈਂ ਆਜ਼ਾਦ ਕਰਾਉਣਾ 1971 'ਚ ਜਿਹੜੀ ਮਾਸੀ ਦੀ ਕੁੜੀ ਦੀ ਫੱਦੀ ਪਾੜੀ ਗਈ ਸੀ। ਕਹਿੰਦਾ ਉਹ ਮੈਂ ਬਦਲਾ ਲੈਣਾ, ਇਹਨੇ ਬਦਲਾ ਕੀ ਲੈਣਾ, ਇਹਨੇ ਤਾਂ ਮਾਦਰ ਚੋਲ ਨੇ ਉੱਥੇ ਜਾ ਕੇ ਆਪਣੀ ਗਾਂਢ ਖੋਲ੍ਹ ਕੇ ਬਹਿ ਜਾਣਾ ਅਤੇ ਆਪਣੀ ਮਾਂ ਦੇ ਫੱਦੇ 'ਚ ਇਹਨੇ ਨਵਾਂ ਜਿਹਾਦ ਕਰਕੇ ਬਹਿ ਜਾਣਾ, ਉੱਥੇ ਨਵਾਂ ਕਸ਼ਮੀਰ ਬਣਾਊਗਾ, ਨਵਾਂ ਅਫਗਾਨਿਸਤਾਨ ਦਾ ਬਣਾਊਗਾ।